ਕੱਲ तकरीबन 5 ਕਿੱਲਿਆਂ ਦੀਆਂ ਗੱਠਾਂ ਸੀ ਇਹ ਟਰਾਲੀ ਦੇ ਵਿੱਚ ਲੋਡ ਕਰੀਆਂ ਆਈਆਂ तकरीबन ਕੁਝ ਟਰਾਲੀ ਦਾ ਲਾਗੇ 5-6 ਲੱਖ ਦੇ ਕਰੀਬ ਇਹਨਾਂ ਦਾ ਨੁਕਸਾਨ ਹੋਇਆ ਤੇ ਇਹ तकरीबन ਹਰ ਸੀਜ਼ਨ ਵਿੱਚ 1000 ਏਕੜ ਪਰਾਲੀ ਨੂੰ ਇਕੱਠੀ ਕਰਕੇ ਇਕੱਠਾ ਕਰਕੇ ਜਿਵੇਂ ਕਿ ਬਰੇਟੇ ਫੈਕਟਰੀਆਂ ਲੱਗੀਆਂ ਨੇ ਉਹਨਾਂ ਨੂੰ ਇਹ ਸੇਲ ਕਰਦੇ ਨੇ ਤੇ ਸਰਕਾਰ ਵੱਲੋਂ ਮੰਗ ਹੈ ਵੀ ਜੋ ਵੀ ਇਹਨਾਂ ਦਾ ਨੁਕਸਾਨ ਹੋਇਆ ਉਹਦੀ ਇਹਨਾਂ ਦੀ ਪਰਭਾਈ ਕਰੀ ਜਾਵੇ ਕੱਲ ਇੱਥੇ ਨਾ ਅਸੀਂ ਮਤਲਬ ਥੋੜੀ ਜੀ ਦੂਰ ਆਪਣੀ ਕਮੈਂਡ ਚੱਲਦੀ ਸੀਗੀ ਉੱਥੇ ਅਸੀਂ ਮੌਕੇ ਤੇ ਹੈਗੇ ਸੀਗੇ ਅਸੀਂ ਜਦੋਂ ਦੇਖਿਆ ਨਾ ਇੱਥੇ ਅੱਗ ਲੱਗੀ ਟਰਾਲੀ ਨੂੰ ਜਦੋਂ ਟਰਾਲੀ ਨੂੰ ਅੱਗ ਲੱਗੀ ਅਸੀਂ ਉਧਰੋਂ ਭੱਜ ਕੇ ਵੀ ਆਏ ਆ ਕੇ ਅਸੀਂ ਦੇਖਿਆ ਆਉਂਦਿਆਂ ਨੇ ਚਲੋ ਇਹਨਾਂ ਨੇ ਮੁੰਡਿਆਂ ਨੇ ਜਿਹੜੇ ਡਰਾਈਵਰ ਤੇ ਵਿਚਾਰੇ ਜਦੋਂ ਜਹਿਦ ਕਰ ਰਹੇ ਸੀਗੇ ਤੇ ਜਦੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅੱਗ ਤਾਂ ਕਿਸੇ ਵੀ ਤਰੀਕੇ ਨਾਲ ਬੁਝੀ ਨਹੀਂ ਹੈਗੀ ਤੇ ਇਹ ਟਰਾਲੀ ਦਾ ਸੀਗਾ ਜਿਹੜਾ ਮਤਲਬ ਕਾਫੀ ਨੁਕਸਾਨ ਹੋ ਗਿਆ ਪ੍ਰਾਲੀ ਵੀ ਤਿੰਨ ਚਾਰ ਕਿੱਲਿਆਂ ਦੀ ਇਹਨਾਂ ਨੇ ਜਿਹੜੀ ਪ੍ਰਾਲੀ ਸੀਗੀ ਉਹ ਲੱਦੀ ਹੋਈ ਸੀਗੀ ਜੀ ਅਸੀਂ ਜਦੋਂ ਆ ਕੇ ਦੇਖਿਆ ਉਦੋਂ ਕਾਫੀ ਹੱਦ ਤੱਕ ਮਤਲਬ ਟਰਾਲੀ ਦਾ ਜਿਹੜਾ ਨੁਕਸਾਨ ਹੋ ਚੁੱਕਾ ਸੀਗਾ ਜੀ ਕੀ ਕਹਿਣਾ ਚਾਹੋਗੇ ਸਰਕਾਰ ਕਹਿੰਦੀ ਹੈ ਵੀ ਪ੍ਰਾਲੀ ਨਾ ਅੱਗ ਲਾਓ ਇਧਰ ਪ੍ਰਾਲੀ ਇਕੱਠੀ ਕਰਦੇ ਇਹਨਾਂ ਦਾ ਨੁਕਸਾਨ ਹੋ ਜਾਂਦਾ ਹੈ ਉਹ ਨਹੀਂ ਮਿਲਦਾ ਕੀ ਕਹਿੰਦੇ ਦੇਖੋ ਜੀ ਪ੍ਰਾਲੀ ਨੂੰ ਅੱਗ ਜਿਹੜੇ ਨਾਂ ਲਾਉਣ ਵਾਲਾ ਕਾਰਨ ਹੈਗਾ ਹੁਣ ਇਕੱਠਾ ਚੱਕ ਰਹੇ ਨੇ ਕੰਮ ਚੱਲ ਰਿਹਾ ਸੀ ਕਿ ਵਧੀਆ ਪਰ ਇਹਦੇ ਚ ਇੱਕ ਸਾਨੂੰ ਗਿਲਾ ਇਹ ਗੱਲ ਦਾ ਵੀ ਹੈ ਜੀ ਜਿਸ ਤਰ੍ਹਾਂ ਕੱਲ ਇੱਥੇ ਅੱਗ ਲੱਗੀ ਐ ਉਸ ਤੋਂ 15 20 ਮਿੰਟ ਪਹਿਲਾਂ ਅੱਧਾ ਘੰਟਾ ਕਹਿ ਲੋ ਕੁ ਸਮਾਂ ਪਹਿਲਾਂ ਇੱਥੇ ਐਸ ਡੀ ਐਮ ਸਾਹਿਬ ਡਿਪਟੀ ਹੋਰ ਅਮਲਾ ਪਹਿਲਾਂ ਸਰਕਾਰ ਦਾ ਪੂਰੀਆਂ ਫਾਇਰ ਬ੍ਰਿਗੇਡਾਂ ਇਸ ਸੰਗਤਪੁਰੇ ਪਿੰਡ ਚ ਕੱਲ 10 ਵਜੇ ਤੋਂ ਘੁੰਮ ਰਹੀਆਂ ਸੀ ਪਰ ਇਹ ਹਾਦਸਾ ਹੋਣ ਤੋਂ ਬਾਅਦ ਇੱਥੇ ਕਿਸੇ ਨੇ ਆ ਕੇ ਸਾਰ ਨਹੀਂ ਪੁੱਛੀ ਇਹ ਬਹੁਤ ਮਤਲਬਲ ਦੁਖਦਾਈ ਘਟਨਾ ਹੈ ਪੈਸੇ ਦਾ ਵੀ ਨੁਕਸਾਨ ਹੋਇਆ ਹੈ ਇੱਕ ਪਾਸੇ ਬੰਦੇ ਵਾਤਾਵਰਣ ਬਚਾ ਰਹੇ ਨੇ ਉਹਨਾਂ ਦੀ ਸਰਕਾਰ ਮਦਦ ਨਹੀਂ ਕਰ ਰਹੀ ਮਦਦ ਕਰਨੀ ਚਾਹੀਦੀ ਹੈ ਸਰਕਾਰ ਨੂੰ ਮੌਕੇ ਤੇ ਪਹੁੰਚਣਾ ਚਾਹੀਦਾ ਸੀ ਇੱਥੇ ਦੋ ਫਾਇਰ ਬ੍ਰਿਗੇਡਾਂ ਨੂੰ ਫੋਨ ਕਰਿਆ ਕਿਸੇ ਫਾਇਰ ਬ੍ਰਿਗੇਡ ਨੇ ਫੋਨ ਨਹੀਂ ਚੱਕਿਆ ਕੁਝ ਨਹੀਂ ਕਰਿਆ ਇੱਕ ਫਾਇਰ ਬ੍ਰਿਗੇਡ ਆਈ ਬਿਨਾ ਪਾਣੀ ਤੋਂ ਖਾਲੀ ਆਈ ਉਹਦਾ ਕੀ ਕਰਨਾ ਸੀ ਇੱਕ ਆਈ ਇੱਥੇ ਅਨਾਜ ਮੰਡੀ 'ਚ ਖੜੀ ਰਹੀ ਉਹਨਾਂ ਨੇ ਟਾਇਰੀ ਥੱਲੇ ਨਹੀਂ ਤਾਰਿਆ ਵੀ ਸਾਨੂੰ ਇਹ ਕੋਈ ਵਧੀਆ ਗੱਲਾਂ ਨਹੀਂ ਲੱਗੀਆਂ ਵੀ ਜੋ ਇਹ ਹਾਦਸਾ ਹੋਇਆ ਤਾਂ ਸਾਡੀ ਮਦਦ ਕਰਨੀ ਚਾਹੀਦੀ ਸੀ। ਅੱਗ ਲੱਗਣ ਦਾ ਕਾਰਨ ਹੈ ਜੀ ਜੋ ਆਪਣੇ ਟਰੈਕਟਰ ਦੀ ਬੈਟਰੀ ਜਿਉਂ ਚ ਸਪਾਰਕ ਲੱਗਣ ਨਾਲ ਫਿਰ ਇੱਕੋ ਦਮ ਮਤਲਬ ਕਿ ਬਲਾਸਟਿਕ ਦੀ ਤਰ੍ਹਾਂ ਹੋਇਆ ਗਈ। ਤੇ ਅੱਗ ਦਾ ਸਾਨੂੰ ਸਾਰ ਨੂੰ ਵੱਡਾ ਨੁਕਸਾਨ ਇਹ ਹੈ ਵੀ ਅਸੀਂ ਵਾਤਾਵਰਣ ਬਚਾਉਣ ਲਈ ਚੱਲ ਰਹੇ ਸੀਗੇ ਜੋ ਸਰਕਾਰ ਦੀਆਂ ਪਾਲਿਸੀਆਂ ਦੇ ਉਹਦੇ ਮੁਤਾਬਕ ਸਾਡੇ ਬੈਲਰ ਵੀ ਚੱਲ ਰਹੇ ਸੀਗੇ 4-5 ਬਟ ਸਾਡੇ ਨੁਕਸਾਨ ਦੀ ਕੋਈ ਵੀ ਪਰਪਾਈ ਨਹੀਂ ਕਿਉਂਕਿ ਜਦ ਇਹ ਬੈਲਰ ਦੇ ਟਰੈਕਟਰਾਂ ਦਾ ਸਾਡਾ ਬੀਮਾ ਹੈਗਾ ਮਸ਼ੀਨਾਂ ਦਾ ਬੀਮਾ ਹੈਗਾ ਪਰ ਜੋ ਟਰਾਲੀ ਦੀ ਅਨਲੋਡਿੰਗ ਕਰਦੇ ਆ ਜਾਂ ਲੋਡਿੰਗ ਕਰਦੇ ਆ ਉਦੋਂ ਕੋਈ ਬੀਮਾ ਨਹੀਂ ਹੈਗਾ ਜੀ ਕੋਈ ਉਹਦੀ ਸਾਡੇ ਕੋਲ ਸਿਕਿਉਰਿਟੀ ਨਹੀਂ ਹੈਗੀ ਹੁਣ ਕੱਲ ਘੱਟੋ ਘੱਟ 6 ਲੱਖ ਰੁਪਏ ਦਾ ਨੁਕਸਾਨ ਹੋਇਆ ਜੀ ਸਾਡਾ 5 ਤੋਂ 6 ਲੱਖ ਰੁਪਏ ਦਾ ਉਹਦੀ ਪਰਪਾਈ ਦੇ ਲਈ ਹੁਣ ਸਾਡੀ ਰਿਕਵੈਸਟ ਹੈ ਜੀ ਸਰਕਾਰ ਕੋਲ ਪਹਿਲਾਂ ਵੀ ਅਸੀਂ 2-3 ਬਾਰ ਮੇਲ ਕਰ ਚੁੱਕੇ ਹਾਂ ਰਿਕਵੈਸਟਾਂ ਕਰ ਚੁੱਕੇ ਹਾਂ ਲਿਖ ਕੇ ਵੀ ਦੇ ਕੇ ਆਏ ਆ ਵੀ ਸਾਡਾ ਜੋ ਮਾਲ ਹੈ ਅਸੀਂ ਸਟਾਕ ਕਰਦੇ ਆ ਜਾਂ ਟਰਾਲੀਆਂ ਰਾਹੀਂ ਲੈ ਕੇ ਜਾਂਦੇ ਆ ਅਨਲੋਡਿੰਗ ਲਈ ਜੋ ਰਸਤੇ 'ਚ ਪ੍ਰੋਬਲਮ ਆਉਂਦੀਆਂ ਨੇ ਜਿਵੇਂ ਕੱਲ ਲੱਗਦੀ ਆਈ ਹੈ ਜੀ ਵੀ ਇਹਨਾਂ ਦੀ ਸਾਡੀ ਕੋਈ ਸਿਕਿਉਰਿਟੀ ਨਹੀਂ ਹੈਗੀ ਜੀ ਤੇ ਸਾਡੇ ਬੰਦੇ ਦਾ ਵੀ ਜਾਨੀ ਮਾਲੀ ਨੁਕਸਾਨ ਤੋਂ ਚਲੋ ਬੱਚਤ ਰਹੀ ਹੈ ਪਰ ਫੇਰ ਵੀ ਸੱਟਾਂ ਵੱਜੀਆਂ ਨੇ ਜੀ ਡਰਾਈਵਰ ਦੇ ਤੇ ਆ ਸਾਰੇ ਪਿੰਡ ਵਾਲੇ ਆਪਣੇ ਨਾਲ ਇੱਥੇ ਗਵਾਹ ਵੀ ਨਹੀਂ ਜੋ ਮੌਕੇ ਦੇ ਸੀਗੇ ਉਹ ਵੀ ਨਾਲ ਖੜੇ ਨਹੀਂ ਇਹ ਪਰਾਲੀ ਇਕੱਠੀ ਕਰਕੇ ਤੁਸੀਂ ਕਿੱਥੇ ਇਹਨਾਂ ਨੂੰ ਦੇਣਾ ਇਹ ਆਪਣੀ ਇੱਥੇ ਛੋਟੀਆਂ-ਛੋਟੀਆਂ ਫੈਕਟਰੀਆਂ ਲੱਗੀਆਂ ਹੋਈਆਂ ਨੇ ਜੀ ਬਰੇਟਾਂ ਉੱਥੇ ਮਤਲਬ ਕਿ ਉਹ ਗੱਤਾ ਬਣਾਉਂਦੇ ਨੇ ਜੀ ਉਹਦੇ ਵਿੱਚ ਜਾਂਦਿਆਂ ਨੇ ਜੇ ਕੋ ਸ ਆਪਣਾ ਅਵਦਾ ਸਟਾਕ ਕਰ ਲੈਣੇ ਜੀ ਪਰ ਸਾਨੂੰ ਰੇਟ ਦੀ ਵੀ ਦਿੱਕਤ ਆਈ ਸਾਨੂੰ ਸਟਾਕ ਤਾਂ ਕਰਨਾ ਪੈ ਰਿਹਾ ਵੀ ਸਰਕਾਰ ਵੱਲੋਂ ਕੋਈ ਸਪੋਰਟ ਹੀ ਨਹੀਂ ਜੀ ਕਿੰਨੀ ਕਿੱਕੜ ਚ ਉਰਾਲੀ ਕਿੱਠੀ ਕਰਨੀ ਦੋ ਏਕੜ ਦੇ ਵਿੱਚ ਕਰਨ ਲੱਗ ਰਹੇ ਜੀ ਦੋ ਏਕੜ ਦੇ ਵਿੱਚ ਆਲ ਓਵਰ ਕਿੰਨੀ ਚ ਆਲ ਓਵਰ ਅਸੀਂ ਕਰਤਾ ਜੀ 500 ਕਿੱਲਾ ਕਰਤਾ ਜੀ ਕੀ ਮੰਗ ਕਰਦੇ ਸਰਕਾਰ ਤੋਂ ਇਹੀ ਹੈ ਜੀ ਸਾਡੀ ਜੋ ਮਤਲਬ ਕਿ ਵੀ ਕੱਲ ਨੁਕਸਾਨ ਹੋਇਆ ਜੀ ਅੱਗੇ ਤੋਂ ਵੀ ਨੁਕਸਾਨ ਨਾ ਹੋਵੇ ਜੀ ਇਹਨਾਂ ਦੀ ਖਾਣਾ ਪੂਰਤੀ ਲਈ ਸਾਡੀ ਹੈਲਪ ਕਰੀ ਜਾਵੇ ਜਿੰਨੀ ਹੋ ਸਕੇ ਉਹ ਨਹੀਂ ਮਦਦ ਕੀਤੀ ਜਾਵੇ ਇੱਕ ਤਾਂ ਜਿਹੜਾ ਕਿਸਾਨ ਸਮਾਜ ਪ੍ਰਤੀ ਆਪਣਾ ਪੱਖ ਵਧੀਆ ਨਿਭਾ ਰਿਹਾ ਹੈ ਪ੍ਰਦੂਸ਼ਣ ਤੋਂ ਜਿਹੜੀ ਨਜਾਤ ਜਿਹੜੀ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਚੱਲ ਰਹੀਆਂ ਉਹਨਾਂ ਦੇ ਅਧੀਨ ਆ ਇਹ ਮੁੰਡਾ ਬੀਲਰ ਲੈ ਕੇ ਕੰਮ ਕਰ ਰਿਹਾ ਪੇਟਾ ਜਾਂ ਪਰਾਲੀ ਨੂੰ ਸਾਧ ਰਿਹਾ ਹੈ ਪਰ ਜਿਹੜਾ ਇਹ ਭਿਆਨਕ ਹਾਦਸਾ ਵਾਪਰਿਆ ਇਹਦੇ ਨਾਲ ਇਹਦਾ ਕਿਸਾਨ ਦਾ ਵਿੱਤੀ ਨੁਕਸਾਨ ਵੀ ਬਹੁਤ ਹੈ ਤੇ ਮਾਨਸਿਕ ਪ੍ਰੈਸ਼ਰ ਵੀ ਇਹਦੇ ਉੱਤੇ ਬਹੁਤ ਪਿਆ ਹੋਇਆ ਹੈ ਨੁਕਸਾਨ ਤਾਂ ਜੀ ਦੇਖੋ ਪਰਾਲੀ ਤਾਂ ਜਿਹੜੀ ਵਿੱਚ ਲੋਡਿੰਗ ਹੈਗੀ ਸੀਗੀ ਉਹ ਤਾਂ ਮੱਚੀ ਮੱਚੀ ਐ ਮੈਨੂੰ ਐਗਜੈਕਟ ਕੈਪੈਸਿਟੀ ਦਾ ਤਾਂ ਨਹੀਂ ਪਤਾ ਇਹਦਾ ਵੀ ਕਿੰਨੀ ਐ ਟਰਾਲੀ ਦੀ ਪਰ 4-5 ਲੱਕ ਦੀ ਟਰਾਲੀ ਐ ਇਹ ਬਜਾਰਾ ਕਿਸੇ ਤੋਂ ਕਿਰਾਏ ਤੇ ਲੈ ਕੇ ਆਇਆ ਸੀਗਾ ਕਿਰਾਇਆ ਤਾਂ ਜਰਰਾਦਾ ਪੈ ਰਿਆ ਤੇ ਮਾਲਕ ਨੂੰ ਆਪਾਂ ਨੂੰ ਨਗਦਾਂ ਨਾਗੀ ਮੋੜਨਾ ਪਊਗਾ ਉਹਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਵੀ ਇਹ ਸੜ ਗਈ ਜਾਂ ਕੁਝ ਵੀ ਹੋਇਆ ਸਰਕਾਰ ਤਾਂ ਇੱਕ ਐਸਾ ਸਿਸਟਮ ਚਲਾ ਰਹੀ ਐ ਜਿਹਦਾ ਕੋਈ ਮੂਸਰੀ ਨਹੀਂ ਹੈਗਾ ਕਿਉਂਕਿ ਇੱਕ ਪਾਸੇ ਸਰਕਾਰ ਇਹਨਾਂ ਨੂੰ ਇੱਕ ਇਹ ਕਹਿ ਕੇ ਕਹਿ ਰਹੀ ਹੈ ਵੀ ਤੁਹਾਨੂੰ ਰੋਜ਼ਗਾਰ ਪੈਦਾ ਕਰਕੇ ਦੇ ਰਹੇ ਹਾਂ ਅਸੀਂ ਇਹ ਮੁੰਡੇ ਆਪਦੀ ਰਾਤ ਦਿਨ ਮਿਹਨਤ ਕਰਕੇ ਪਰਾਲੀ ਇਕੱਠੀ ਕਰ ਰਹੇ ਨੇ ਵਾਤਾਵਰਨ ਪੱਖੀ ਵਧੀਆ ਯੋਗਦਾਨ ਪਾ ਰਹੇ ਨੇ ਅਸੀਂ ਵੀ ਮਮਿਤ ਕਰਦੇ ਹਾਂ ਵੀ ਅੱਗ ਨਹੀਂ ਲੱਗਣੀ ਚਾਹੀਦੀ ਪਰ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਨੇ ਉਹ ਮਾੜੀਆਂ ਨੇ ਨੀਤੀਆਂ ਉਹਨਾਂ ਦਾ ਕੋਈ ਮੂੰਹ ਸਿਰ ਨਹੀਂ ਜਿਆਦਾ ਬਿਲਡ ਪਲਾਨਿੰਗ ਨਾਲੇ ਮਸ਼ੀਨਾਂ ਜਿਹੜੀਆਂ ਨੇ ਚਲਾਈਆਂ ਜਾਣ ਇਹਨਾਂ ਨੂੰ ਜਿਹੜਾ ਇਹਨਾਂ ਦਾ ਦਿਮਾਗੀ ਪ੍ਰੈਸ਼ਰ ਹੈ ਕਿਉਂਕਿ ਜਿਹੜੇ ਆਪਣੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਦਾ ਵੀ ਇਹਨਾਂ ਤੇ ਦਿਨ ਰਾਤ ਪ੍ਰੈਸ਼ਰ ਰਹਿੰਦਾ ਵੀ ਤੁਸੀਂ ਜੀ ਕਿਤੇ ਅੱਗ ਨਹੀਂ ਲੱਗਣ ਦੇਣੀ ਪਰ ਮਸ਼ੀਨ ਦੀ ਇੱਕ ਕਪੈਸਿਟੀ ਹੈ ਕਪੈਸਿਟੀ ਦੇ ਹਿਸਾਬ ਨਾਲ ਹੀ ਉਹਨੇ ਕੰਮ ਕਰਨਾ ਹੈ ਪਰ ਜਿੰਨਾ ਪ੍ਰਾਲ ਇੱਥੇ ਪੰਜਾਬ 'ਚ ਪੈਦਾ ਹੋ ਰਿਹਾ ਹੈ ਇਹ ਮਸ਼ੀਨਾਂ ਦੀ ਬਹੁਤ ਵੱਡੀ ਘਾਟ ਹੈ ਜੇ ਇਹਨੂੰ ਜਿਆਦਾ ਮਸ਼ੀਨੀ ਕਰਨ ਪਤਾਇਆ ਜਾਵੇ ਤੇ ਨਹੀਂ ਤਾਂ ਫਿਰ ਕਿਸਾਨ ਮਜਬੂਰ ਹੋ ਕੇ ਹੁਣ ਤੁਸੀਂ ਦੇਖ ਲਓ ਵੀ ਅਸੀਂ ਜਿਹੜੇ ਖੇਤ 'ਚ ਖੜੇ ਆਂ ਨਮੀ ਬਿਲਕੁਲ ਘਟ ਗਈ ਹੈ ਜੀ ਕਿਉਂਕਿ ਮਸ਼ੀਨਾਂ ਦੇ ਕੰਮ ਇੰਨੇ ਵੀ ਟਾਈਮ ਸਿਰ ਬਾਰੀ ਨਹੀਂ ਆਉਂਦੀ ਪਹਿਲਾਂ 5-7 ਦਿਨ ਤਾਂ ਪ੍ਰਾਲੀ ਨੂੰ ਸੁੱਕਣ ਨੂੰ ਲੱਗਦੇ ਨੇ ਫਿਰ ਇਹ ਬੇਲਾ ਬਣਾਉਂਦੇ ਨੇ ਉਸ ਤੋਂ ਬਾਅਦ ਹਾਲਾਤ ਇਹ ਹੋ ਜਾਂਦੇ ਨੇ ਕਿ ਜ਼ਮੀਨ ਸੁੱਕ ਜਾਂਦੀ ਹੈ ਨਾ ਹੁਣ ਕਿਸਾਨ ਰੌਣੀ ਕਰਨ ਜੋਗਾ ਤੇ ਤੁਸੀਂ ਕਣਕ ਦਾ ਦੇਖੋ ਵੀ ਕਣਕ ਉੱਗੂਗੀ ਕਿਵੇਂ